ਹੁਣ ਨੇ ਸਾਡੇ ਨਾਲ ਐਮਪੀ ਤਨਮਨਜੀਤ ਸਿੰਘ ਜੀ ਟੀਸੀ ਟੀ ਸਾਹਿਬ ਬਹੁਤ ਬਹੁਤ ਮੁਬਾਰਕਾਂ ਕਿ ਇੱਕ ਵਾਰ ਫਿਰ ਇਤਿਹਾਸ ਰਚਿਆ ਅਤੇ ਸਲੋਹ ਵਾਲਿਆਂ ਨੇ ਤੁਹਾਨੂੰ ਫਿਰ ਉਹੀ ਮਾਣ ਦਿੱਤਾ ਜੋ ਅੱਜ 2017 ਵਿੱਚ ਦਿੱਤੇ ਸੀ ਅਤੇ ਇਸ ਜਿੱਤ 'ਤੇ ਕੀ ਕਹੋਗੇ ਜੀ? ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਕਿ ਉਹ ਇਹ ਜਿਹੜੀ ਸੇਵਾ ਆ ਇਹ ਫਿਰ ਬਖਸ਼ੀ ਆ ਅਤੇ ਇਸ ਦੇ ਨਾਲ ਨਾਲ ਜਿੰਨੇ ਵੀ ਸਲੋਹ ਦੇ ਨਗਰ ਨਿਵਾਸੀ ਨੇ ਉਹਨਾਂ ਦਾ ਵੀ ਮੈਂ ਦੋਨੇ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਕ ਦਫਾ ਫਿਰ ਆਪਣਾ ਜਿਹੜਾ ਭਰੋਸਾ ਆ ਉਹ ਇਸ ਨਾ ਚੀਜ਼ ਦੇ ਵਿੱਚ ਦਿਖਾਇਆ ਆ। ਜਿਨ੍ਹਾਂ ਲੋਕਾਂ ਨੇ ਉਚੇਚੇ ਤੌਰ 'ਤੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਵਕਤ ਕੱਢ ਕੇ ਜੁੱਤੀਆਂ ਘਸਾਈਆਂ, ਲੋਕਾਂ ਨੂੰ ਮਿਲੇ, ਦਰਵਾਜ਼ੇ ਖੜਕਾਏ, ਫੋਨ ਕੀਤੇ, ਮੈਸੇਜ ਕੀਤੇ, ਸਿਰਫ ਸਲੋਹ ਤੋਂ ਹੀ ਨਹੀਂ ਬਾਹਰੋਂ ਵੀ ਬਹੁਤ ਸਾਰੇ ਲੋਕ ਆਏ ਸੀ। ਮੈਨੂੰ ਪਤਾ ਉੱਧਰੋਂ ਪੰਜਾਬ ਤੋਂ, ਕੈਨੇਡਾ, ਅਮੈਰੀਕਾ ਤੋਂ, ਆਸਟ੍ਰੇਲੀਆ ਤੋਂ ਲੋਕਾਂ ਨੂੰ ਮੈਸੇਜ ਆਏ, ਫੋਨ ਕਾਲ ਆਏ ਵੀ ਦੇਖੋ ਇਹ ਮੋਰਚਾ ਆਪਾਂ ਫਤਿਹ ਕਰਨਾ ਆ ਸਲੋਹ ਦੇ ਵਿੱਚ, ਵੀ ਉਹ ਸਿੰਘ ਜ਼ਰੂਰ ਵਾਪਸ ਭੇਜਣਾ ਆ। ਉਹਨਾਂ ਦਾ ਵੀ ਮੈਂ ਦੋਨੇ ਹੱਥ ਜੋੜ ਕੇ ਮੈਂ ਧੰਨਵਾਦੀ ਹਾਂ, ਤੁਹਾਡਾ ਦੇਣਦਾਰ ਹਾਂ। ਤੁਸੀਂ ਆਪਣਾ ਜਿਹੜਾ ਭਰੋਸਾ ਆ ਫਿਰ ਜਿਤਾਇਆ ਆ। ਪਰ ਇਸ ਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ, ਦੇਖੋ ਜੋ ਮੈਂਬਰ ਆਫ ਪਾਰਲੀਮੈਂਟ ਦਾ ਫਰਜ਼ ਬਣਦਾ ਆ ਕਿ ਹਰ ਇੱਕ ਦੇ ਲਈ ਉਸ ਸੇਵਾ ਦੇ ਲਈ ਤਤਪਰ ਰਹਿਣਾ, ਕਿਉਂਕਿ ਆਪਣੇ ਪਾਤਸ਼ਾਹ ਨੇ ਤਾਂ ਆਪਾਂ ਨੂੰ ਇਹ ਸਬਕ ਸਿਖਾਇਆ ਆ ਕਿ ਧੰਨ ਧੰਨ ਸੁਹਾਵੀ ਸਫਲ ਘੜੀ ਜਿੱਤ ਹਰ ਸੇਵਾ ਮਨ ਭਾਣੀ, ਕਿ ਉਹੀ ਘੜੀਆਂ ਸਫਲ ਹੁੰਦੀਆਂ ਜਦੋਂ ਆਪਾਂ ਲੋਕਾਂ ਦੀ ਸੇਵਾ ਕਰੀਏ। ਪਰ ਸੇਵਾ ਵੀ ਕਿਹਦੀ ਕਰਨੀ ਹੈ? ਸਰਬੱਤ ਦੇ ਭਲੇ ਦੇ ਲਈ, ਕਿ ਚਾਹੇ ਉਹ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਜਿਹੜੇ ਵੀ ਧਰਮ ਜਾਂ ਜਿਹੜੇ ਵੀ ਪਿਛੋਕੜ ਨਾਲ ਉਹ ਸੰਬੰਧ ਰੱਖਦਾ ਆ, ਸਾਡੇ ਵਰਗਿਆਂ ਦਾ ਫਰਜ਼ ਬਣਦਾ ਆ। ਅਤੇ ਇਹ ਮੈਂ ਭਰੋਸਾ ਸਾਰਿਆਂ ਨੂੰ ਦਿਵਾਉਂਦਾ, ਚਾਹੇ ਤੁਸੀਂ ਮੈਨੂੰ ਵੋਟ ਪਾਈ ਆ ਜਾਂ ਨਾ ਪਾਈ ਹੋਵੇ, ਜਿਹੜਾ ਸਲੋਹ ਦਾ ਮੈਂਬਰ ਆਫ ਪਾਰਲੀਮੈਂਟ ਆ ਇਹ ਬੰਦਾ ਤੁਹਾਡੇ ਲਈ ਸੇਵਾ ਦੇ ਲਈ ਤਤਪਰ ਰਹੂਗਾ। ਹਾਂ ਬਿਲਕੁਲ, ਕਿਉਂਕਿ ਜਦੋਂ ਸੰਸਦ ਮੈਂਬਰ ਬਣ ਜਾਂਦੇ ਆ ਉਹ ਸਾਰੇ ਇਲਾਕੇ ਦੀ ਨੁਮਾਇੰਦਗੀ ਕਰਦੇ ਆ ਕਿਸੇ, ਜਾਂ ਨਾ ਕਿ ਇਕੱਲੀ ਇੱਕ ਪਾਰਟੀ ਜਾਂ ਪਾਰਟੀਕੁਲਰ ਗਰੁੱਪ ਦੀ। ਲੇਕਿਨ ਜੇ ਦੇਖਿਆ ਜਾਵੇ ਓਵਰਆਲ ਲੇਬਰ ਦਾ ਜਿਹੜਾ ਉਹ ਰੁਝਾਨ ਜਿਹੜਾ ਉਹ ਕਾਫੀ ਗ੍ਰਾਫ ਜਿਹੜਾ ਉਹ ਥੱਲੇ ਜਿਹੜਾ ਉਹ ਡਿੱਗਿਆ। ਉਸ ਦੇ ਬਾਵਜੂਦ ਜਿਹੜੀ ਤੁਹਾਡੀ ਜਿਹੜੀ ਆ ਮੈਂ ਦੇਖ ਰਿਹਾ ਸੀਗਾ, ਜਿੰਨੇ ਆਪਣੇ ਚਾਰ ਪੰਜਾਬੀ ਜਿਹੜੇ ਆ ਉਹ ਕਾਮਯਾਬ ਹੋਏ ਆ, ਅਤੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੀਆਂ ਵੋਟਾਂ ਤੁਹਾਨੂੰ ਜਿਹੜੀਆਂ ਉਹ ਪ੍ਰਾਪਤ ਹੋਈਆਂ, ਮਜੋਰਟੀ ਤੁਹਾਡੀ ਵਧੀ ਹੈ, ਇਹ ਲੇਬਰ ਦਾ ਕੀ ਕਾਰਨ ਮੰਨਦੇ ਆ ਕਿ ਕੀ ਕਿਉਂ ਜਿਹੜਾ ਉਹ ਇੱਕ ਵਾਰ ਇੰਨਾ ਗ੍ਰਾਫ ਜਿਹਾ ਉੱਥੇ? ਦੇਖੋ ਵਾਕਈ ਇਹ ਤਰਾਸਦੀ ਹੈ ਕਿ ਕਈ ਸਾਡੇ ਜਿਹੜੇ ਹੋਣਹਾਰ, ਮਿਹਨਤੀ, ਇਮਾਨਦਾਰ ਜਿਹੜੇ ਮੈਂਬਰ ਆਫ ਪਾਰਲੀਮੈਂਟ ਸੀ ਉਹ ਇਸ ਦਫਾ ਫਿਰ ਪਾਰਲੀਮੈਂਟ ਦੇ ਵਿੱਚ ਨਹੀਂ ਆਏ, ਜਿਹੜੇ ਲੇਬਰ ਦੇ ਮੈਂਬਰ ਆਫ ਪਾਰਲੀਮੈਂਟ ਸੀ। ਦੇਖੋ ਇਹਦੇ ਕਾਰਨ ਅਨੇਕਾਂ ਹੁੰਦੇ ਨੇ, ਕਿਉਂਕਿ ਜੇ ਆਪਾਂ ਦੇਖੀਏ ਜਿਹੜਾ ਰਾਸ਼ਟਰਵਾਦ, ਜਿਹੜਾ ਵੀ ਨੈਸ਼ਨਲਿਜ਼ਮ ਆ ਉਹ ਵੀ ਵਧੀ ਆ, ਜਿਵੇਂ ਕਿ ਸਕੋਟਲੈਂਡ ਦੇ ਵਿੱਚ ਉੱਥੇ ਸਕੋਟਿਸ਼ ਨੈਸ਼ਨਲ ਪਾਰਟੀ ਦਾ ਝੰਡਾ ਹੋਰ ਬੁਲੰਦ ਹੋਇਆ ਆ, ਅਤੇ ਉੱਥੇ ਲੋਕ ਅਲੱਗ ਹੋਣ ਨੂੰ ਫਿਰਦੇ। ਇੱਦਾਂ ਹੀ ਜਿਹੜਾ ਟੋਰੀ ਪਾਰਟੀ ਨੇ ਇੰਗਲੈਂਡ ਦੇ ਵਿੱਚ ਵੀ ਉਹ ਜਿਹੜਾ ਇੰਗਲਿਸ਼ ਨੈਸ਼ਨਲਿਜ਼ਮ ਨੂੰ ਬੜਾਵਾ ਦਿੱਤਾ ਆ, ਇਹ ਅਖੀਰ 'ਤੇ ਜਾ ਕੇ ਇਹ ਜਿਹੜਾ ਆਪਣਾ ਯੂਨਾਈਟਿਡ ਕਿੰਗਡਮ ਆ ਉਹਦੇ ਲਈ ਇਹ ਬਹੁਤ ਘਾਤਕ ਚੀਜ਼ ਆ। ਸੋ ਲੇਬਰ ਨੇ ਕੋਸ਼ਿਸ਼ ਕੀਤੀ ਸੀ ਵੀ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਅੱਗੇ ਨੂੰ ਤੋਰੀਏ, ਵੀ ਜਿਹੜਾ ਬ੍ਰੈਗਜ਼ਿਟ ਦੇ ਮਸਲੇ 'ਤੇ ਵੀ ਇਕੱਠੇ ਕਰੀਏ। ਪਰ ਜੋ ਸਾਨੂੰ ਦੇਖਣ ਨੂੰ ਮਿਲਿਆ ਕਿ ਜਿਹੜਾ ਉੱਤਰੀ ਇੰਗਲੈਂਡ ਸੀ ਉੱਥੇ ਬ੍ਰੈਗਜ਼ਿਟ ਮਸਲਾ ਬਣਿਆ, ਤਾਂ ਉੱਥੇ ਲੋਕ ਬਾਹਰ ਜਾਣ ਨੂੰ, ਯੂਰਪ ਤੋਂ ਬਾਹਰ ਜਾਣ ਨੂੰ ਇਹ ਮਸਲਾ ਮੁੱਖ ਬਣ ਗਿਆ। ਪਰ ਜਿਵੇਂ ਜਿਹੜੇ ਵੱਡੇ ਵੱਡੇ ਸ਼ਹਿਰ ਸੀ, ਜਿਵੇਂ ਕਿ ਆਪਣੇ ਲੰਡਨ ਹੋਇਆ, ਮੈਨਚੈਸਟਰ ਹੋਇਆ, ਲਿਵਰਪੂਲ ਹੋਇਆ, ਇੱਥੇ ਬ੍ਰੈਗਜ਼ਿਟ ਮਸਲਾ ਬਣਿਆ, ਪਰ ਇੱਥੇ ਲੋਕ ਅੰਦਰ ਰਹਿਣ ਨੂੰ ਉਹ ਮੁੱਖ ਮਸਲਾ। ਸੋ ਉੱਥੇ ਲੇਬਰ ਦੀ ਹੋਰ ਚੜ੍ਹਤ ਵੀ ਹੋਈ ਆ, ਮੈਜੋਰਿਟੀਜ਼ ਕਈਆਂ ਦੀਆਂ ਵਧੀਆ ਵੀ। ਪਰ ਸਲੋਹ ਦੇ ਵਿੱਚ ਤੁਸੀਂ ਬਾਖੂਬੀ ਇਹ ਜ਼ਿਕਰ ਕੀਤਾ ਕਿ ਦੇਖੋ ਇਹ ਵੀ ਇੱਕ ਬ੍ਰੈਗਜ਼ਿਟ ਇਲਾਕਾ ਸੀ। ਸੋ ਪਹਿਲਾਂ ਮੈਨੂੰ ਇਸ ਗੱਲ ਦਾ ਵੀ ਫਿਕਰ ਸੀ ਕਿ ਲੋਕ ਵਾਕਈ ਹੀ ਉਸ ਮਸਲੇ 'ਤੇ ਉਹ ਟੋਰੀ ਪਾਰਟੀ ਦਾ ਜਿਹੜਾ ਇੱਕੋ ਹੀ ਅਲਾਪ ਸੀਗਾ ਵੀ ਗੈਟ ਬ੍ਰੈਗਜ਼ਿਟ ਡਨ, ਵੀ ਉਹਦੇ ਕਰਕੇ ਵੀ ਇੱਥੇ ਆਪਾਂ ਨੂੰ ਮਾਤ ਨਾ ਮਿਲ ਜਾਵੇ। ਪਰ ਮੈਨੂੰ ਉਦੋਂ ਅੰਦਾਜ਼ਾ ਹੋ ਗਿਆ ਸੀ ਕਿ ਲੋਕਾਂ ਦਾ ਜਿਹੜਾ ਪਿਆਰ ਆ ਆਪਣੇ ਨਾਲ ਬੱਝਿਆ ਹੋਇਆ ਆ, ਕਿਉਂਕਿ ਜਦੋਂ ਮੈਂ ਲੋਕਾਂ ਦੇ ਦਰਵਾਜ਼ੇ ਖੜਕਾਉਂਦਾ ਸੀ ਤਾਂ ਉਹ ਕਹਿੰਦੇ, ਦੇਖੋ ਕਈਆਂ ਨੂੰ ਸੀਗਾ ਵੀ ਸਾਨੂੰ ਆ ਬ੍ਰੈਗਜ਼ਿਟ ਦੇ ਮਸਲੇ 'ਤੇ ਸਾਨੂੰ ਥੋੜ੍ਹਾ ਕਿੰਤੂ ਪ੍ਰੰਤੂ ਆ, ਕਈਆਂ ਨੂੰ ਸੀਗਾ ਵੀ ਸਾਨੂੰ ਲੀਡਰਸ਼ਿਪ ਦੇ ਮਸਲੇ 'ਤੇ ਉਹ ਥੋੜ੍ਹਾ ਬਹੁਤਾ ਕਿੰਤੂ ਪ੍ਰੰਤੂ ਆ, ਪਰ ਕਹਿੰਦੇ ਬਾਕੀ ਗੱਲਾਂ ਛੱਡੋ, ਇੱਥੇ ਖੜ੍ਹੇ ਹੋਵੋ, ਆਪਾਂ ਇੱਕ ਫੋਟੋ ਖਿੱਚਣੀ, ਇੱਕ ਸੈਲਫੀ ਖਿੱਚਣੀ ਆ। ਉੱਥੋਂ ਹੀ ਮੈਨੂੰ ਅੰਦਾਜ਼ਾ ਹੋ ਗਿਆ ਸੀ ਵੀ ਬੰਦਿਆਂ ਦਾ ਪਿਆਰ ਵਾਕਈ ਹੈਗਾ। ਤਾਂ ਮੈਂ ਦੇਖੋ ਜਿਹੜਾ ਤੁਸੀਂ ਤਕਰੀਬਨ ਆਪਾਂ 14,000 ਤਕਰੀਬਨ 1,000 ਵੋਟਾਂ ਤੋਂ ਆਪਾਂ ਜਿੱਤੇ ਹਾਂ, ਇਹ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ, ਇਹ ਤੋਂ ਮੈਨੂੰ ਅਹਿਸਾਸ ਹੋ ਗਿਆ। ਤਾਂ ਇਹਨਾਂ ਮੈਨੂੰ ਹੋਰ ਵੀ ਮਜ਼ਬੂਤੀ ਮਿਲੀ ਆ ਕਿ ਮੈਂ ਵਧੀਆ ਤਰੀਕੇ ਨਾਲ ਹਰ ਇੱਕ ਦੀ ਨੁਮਾਇੰਦਗੀ ਕਰਾਂ। ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ, ਤੁਸੀਂ ਜਿਹੜੀ ਆ ਉਹ ਇਸ ਗੱਲ ਦਾ ਵੀ ਵਚਨਬੱਧ ਕੀਤੀ ਹੈ ਕਿ ਤੁਸੀਂ ਨੁਮਾਇੰਦਗੀ ਹਰ
धर्म हर फिरके हर व्यक्ति की जी करोंगे जो थोड़े इलाके दे विच है। लेकिन जे देखा जाए कुछ प्रचार इस तरह का होया सी जिहदे खास तौर पर कश्मीर के मुद्दे को जिहड़ा बनाया गया सी जिहड़े कुछ इस तरह के एलीमेंट है जिन्हें भाईचारक सांझ नूं जिहड़ा थोड़ा तोड़न की जी कोशिश की सी। जे देखा जाए ओवरऑल जे मजोरिटी जी लेबर की जी ग्राफ आ वह डिगया वोटा जड़ियाँ घट पईआं उहदा कारण मीह भी सी ठंड भी सी उस दे नाल जिहड़ी हनेरी सी कंजरवेटिव पक्षी भी सी। तुहाडा इक इहो जिहा इलाका जिस नूं उसकी फिगर जदों देखदे आं ते इत्थे कंजरवेटिव की जिहड़ी वोट भी आ उह घटी उह डिगी आ। तुसीं की सोचदे आ वी जिहड़ा तोड़न की कोशिश की गई सी इहदा मतलब वह लोग जिहड़े कामयाब नहीं हो सके? देखो मनप्रीत भाजी, मैं चोणां दे दौरान भी पिछले डेढ़ महीने तो मैं डट के मुकाबला किया आ क्योंकि कई लोग वाकई ही वह समाज नूं तोड़न की कोशिश कर रहे सी ते वह कोशिश कर रहे सी लै लो जी जो इंडियन आ तो तुसीं कंजरवेटिव पार्टी नूं वोट पाओ क्योंकि जिहड़े पाकिस्तानी आ वह लेबर पार्टी नूं वोट पा रहे। इदां दीआं गलत फहमियां अफवाहां इह फैला रहे सी पर उहदे बावजूद भी लोगों उन्होंने कस के जिहड़ा जिहड़ा जवाब दिता आ भई हुण मैं पूरा लफ्ज़ तां नहीं वरतूंगा पर कस के जवाब दिता आ ते जिथे तक देखो जिहड़े मैं बहुत बहुत मैनू माण भी आ जिहड़े इंडियन भाईचारे ना जां पाकिस्तानी भाईचारे जिहड़े एशियन भाईचारे ना जिहड़े संबंधित इलाके आ उत्थे लेबर दी ऐन जबरदस्त जित हुई आ चाहे वह इत्थे लंडन सीगा स्लो दा तुसीं जिक्र कीता इत्थे भी बहुत इत्थे गुलदस्ता आ कि इत्थे 18% जिहड़े पाकिस्तानी भाईचारे नाल संबंधित आ 17% तकरीबन इको बराबर आ वह इंडियन भाईचारे नाल भई इंडियो इंडिया की पिछोकड़ नाल रखदे आ ते उन्होंने साबित कर दिता कि जिहड़ा देखो लेबर पार्टी ना इंडिया के खिलाफ है ना पाकिस्तान के खिलाफ ना किसी होर के खिलाफ आ। पर एक गल का मैं थानू सारे नूं विश्वास दवाना आ कि यह बंदा डट के जिहड़े मनुखी अधिकार ने उन्होंने लिए चाहे वह कश्मीर च हो चाहे पंजाब चाहे पैलेस्टाइन चाहे दुनिया के किसी भी हिस्से च हो चाहे इतने यूके ऐसे तो यूके की सरकार नू नहीं बख्शते साडे वर्गे। सो साडा यह फर्ज बनता भी हर एक हकों के लिए जूझना तो जे इदा का कूड़ प्रचार जोड़ा आ भी लोगों जोड़ा वंडन दिया कोशिशा होंगे ये सब देख के असी डर नहीं जाना सगा तो देखा होगा भी चोणों के दौरान मैं होर भी डट के इस चीज़ का सामना किया तो अगे तो भी करता रहूँगा। कुछ होर जो हूँ इस बार तुम जो दोबारा पार्लीमेंट के हम जा रहे हो जोड़ा वो जी हाँ एक गल की जरूर खुशी है कि बरतानिया एक स्थिर सरकार मिल गई है। डजंट मैटर कि चल ठीक है तुहाडी नहीं गल बनी सरकार के तौर के उत्ते लेकिन एक स्थिर सरकार बन गई लोगों को थोड़ी जी राहत जरूर आ उस चीज़ की लैके। ब्रैगजिट जिहड़ा वो तकरीबन हुण क्लीयर हुंदा जा रहा कि 31 January जिहड़ा बंदा इन्हां सालां दे दौरान तुसीं की सोचदे हो कि कहड़े मुख चैलेंज जिहड़े आ वो सामने आ रहे आ बरतानिया जी? देखो सब तो पहला जिस तक ब्रैगजिट की गल आ यह भी लोगों को गलत फहमी आ कि ब्रैगजिट का सिर्फ हजे विदड्रोल अग्रीमेंट हजे जी जो पहला तय हुई आ 31 January तक सिर्फ वह पास हजे ट्रेड डील आ जो मुख्य जो 99% जो काम आजे वह हजे बकाया आ। सो वो साडा काम आ भी सरकार जवाब दे बना कि वह जी डील आ ओ साडे देश दे हित दे विच होवे ना तुहानू सानू नुकसान ना पहुंचाए क्योंकि लेबर शुरू तो ही इस गल दे हक च सी कि कस्टम्स यूनियन जिहड़ा अप्रोच आ भी एक इहो जिहा समझौता होवे भी जिहदे नाल देश दी आर्थिक स्थिति नूं नुकसान ना पहुंचे जिहड़ा कस्टम्स यूनियन ताकि टैक्स दा टैरिफ ना होण। सो इह हुण साडी जिम्मेवारी आ विरोधी धिर होण दे नाते कि प्रधानमंत्री नूं भी जवाब दे बनाउणा इस दे नाल नाल जिथे तक स्लो दी गल आ मैं भी चाहुंदा कि जिहड़ा साडा इंफ्रास्ट्रक्चर आ जिहड़ा साडा जिहड़ा ढांचा आ उह होर मजबूत होवे जिहड़ा वैस्टर्न रेलिंग टू हीथ्रो आ जिहड़ियां बस सेवावां आ उहनां लई भी सानूं जिहड़े बणदे जिहड़े फंड आ उह मुहैया कराए जाण। तो मैं ये समझदा कि देखो पिछले 2.5 साल तो मैं हर महीने जिहड़ा 5 advisor जी बिना किसी विचोले तो बिना किसी तुसीं अपॉइंटमेंट तो ਤੁਸੀਂ ਆਪਣੇ ਮੈਂਬਰ ਆਫ ਪਾਰਲੀਮੈਂਟ ਨੂੰ ਮਿਲ ਸਕਦੇ ਸੀ ਤਾਂ ਮੈਂ ਅੱਗੇ ਤੋਂ ਵੀ ਇਹ ਨਿਮਰਤਾ ਦੇ ਨਾਲ ਇਹ ਸੇਵਾ ਨਿਭਾਉਂਦਾ ਰਹੂੰਗਾ। ਪਰ ਮੈਨੂੰ ਇਹ ਇਸ ਗੱਲ ਦਾ ਅਹਿਸਾਸ ਆ ਕਿ ਜਿਹੜਾ ਟੋਰੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਆ ਉਹ ਪਹਿਲਾਂ ਹੀ ਜਿਹੜਾ ਤਕਰੀਬਨ 1.3 million ਲੋਕ ਯਾਨੀ ਕਿ 1 crore ਤੋਂ ਵੱਧ ਲੋਕ ਹੁਣ ਨਿਰਭਰ ਨੇ ਨੇ 1 crore ਨਹੀਂ ਵੀ 1.3 million ਜਿਹੜਾ ਹੈਗਾ ਆ ਵੀ ਉਹ ਲੋਕ ਨਿਰਭਰ ਨੇ ਫੂਡ ਬੈਂਕਸ 'ਤੇ ਉਹਨਾਂ ਨੂੰ ਆਪਣਾ ਗੁਜ਼ਾਰਾ ਵੀ ਨਹੀਂ ਹੋ ਰਿਹਾ। ਮੈਨੂੰ ਇਹ ਵੀ ਪਤਾ ਆ ਕਿ ਇਸ ਦੌਰਾਨ ਇਹਨਾਂ 5 ਸਾਲਾਂ ਦੌਰਾਨ ਉਹ ਲੋਕਾਂ ਦੀ ਗਿਣਤੀ ਹੋਰ ਵੱਧ ਜੂਗੀ ਜਿਹੜਾ ਸਾਡੇ ਵਰਗਾ ਜਿਹੜਾ ਕੇਸ ਵਰਕ ਆ
ਜੋ ਐਡਵਾਈਸਰ ਜੀਆਂ ਦੇ ਵਿੱਚ ਬੈਠ ਕੇ ਲੋਕ ਸਾਡੇ ਕੋਲ ਆਪਣੇ ਦੁੱਖ ਤਕਲੀਫਾਂ ਲੈ ਕੇ ਆਉਂਦੇ, ਉਹਨਾਂ ਦੇ ਵਿੱਚ ਵੀ ਇਜ਼ਾਫਾ ਹੋਣਾ, ਉਹਦੇ ਵਿੱਚ ਵਾਧਾ ਹੋਣਾ ਆ। ਸੋ ਇਹ ਸਭ ਚੀਜ਼ਾਂ ਦੇ ਨਾਲ ਜਿਹੜਾ ਸਾਡੇ ਟੀਮ 'ਤੇ ਵੀ ਪ੍ਰੈਸ਼ਰ ਹੋਰ ਵਧਣਾ ਆ, ਪਰ ਮੈਂ ਜਿੰਨਾ ਕੁ ਵੀ ਪਰਮਾਤਮਾ ਨੇ ਬਲ ਉਦਮ ਬਖਸ਼ਿਆ ਉਹਦੇ ਮੁਤਾਬਕ ਮੈਂ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰੂੰਗਾ। ਪਰ ਸਾਡਾ ਇਹ ਵੀ ਆ ਫਰਜ਼ ਬਣੂਗਾ ਕਿ ਜਿਹੜੇ ਕੱਟਸ ਜਿਹੜੇ ਕਟੌਤੀਆਂ ਦੇ ਵਿੱਚ, ਜਾਣੀ ਕਿ ਜਿਹੜੇ ਪੁਲਿਸ ਅਫਸਰ ਕੱਟੇ ਸੀ, ਜਿਹੜੇ ਕਾਉਂਸਲ ਦੇ ਜੋ ਬਜਟ ਕੱਟੇ ਗਏ ਨੇ ਅਤੇ ਸਕੂਲਾਂ, ਇਹ ਸਭ ਚੀਜ਼ਾਂ ਦਾ ਮੁਕਾਬਲਾ ਸਾਡਾ ਕਰਨਾ ਜਿਹੜਾ ਉਹ ਫਰਜ਼ ਬਣਦਾ ਆ। ਅਤੇ ਬਾਕੀ ਜਿਹੜੇ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ, ਇਹ ਵੀ ਸਾਡਾ ਫਰਜ਼ ਬਣਦਾ ਕਿ ਉਹਨਾਂ ਦੇ ਨਾਲ ਅਸੀਂ ਬਕਾਇਦਾ ਗੱਲਬਾਤ ਕਰਕੇ, ਤਾਲਮੇਲ ਕਰਕੇ ਉਹਨਾਂ ਦਾ ਭਰੋਸਾ ਫਿਰ ਜਿੱਤੀਏ। ਸੋ ਇਹ ਕਈ ਚੀਜ਼ਾਂ ਵਿੱਚ ਆ ਜਾਂਦੀਆਂ ਨੇ। ਬਹੁਤ ਬਹੁਤ ਧੰਨਵਾਦ ਜੀ, ਇੱਕ ਵਾਰ ਫਿਰ ਜਿਹੜਾ ਤੁਹਾਨੂੰ ਮੁਬਾਰਕਬਾਦ, ਅਤੇ ਆਸ ਹੈ ਕਿ ਲੋਕਾਂ ਦੀਆਂ ਉਮੀਦਾਂ 'ਤੇ ਤੁਸੀਂ ਜਿਹੜਾ ਉਹ ਦੁਬਾਰਾ ਫਿਰ ਖਰੇ ਉਤਰਦੇ ਹੋਏ ਜਿਹੜਾ ਉਹਨਾਂ ਦੇ ਮਸਲਿਆਂ ਨੂੰ ਬਖੂਬੀ ਜਿਹੜਾ ਉਹ ਸੰਸਦ ਦੇ ਵਿੱਚ ਪੇਸ਼ ਕਰੋਗੇ। ਅਜੀਤ ਵੈਬ ਟੀਵੀ ਵੱਲੋਂ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਬਹੁਤ ਬਹੁਤ ਮਿਹਰਬਾਨੀ ਜੀ।